ਬੀਤੇ ਦਿਨ ਇੱਕ ਔਰਤ ਵੱਲੋਂ ਆਪਣੇ ਹੀ 6 ਸਾਲ ਦੇ ਬੇਟੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਦੇਖ ਕੇ ਹਰ ਇੱਕ ਕੋਈ ਹੱਕਾ ਬੱਕਾ ਰਹਿ ਗਿਆ ਸੀ ਕਿ ਕੋਈ ਮਾਂ ਆਪਣੇ ਹੀ ਬੇਟੇ ਨਾਲ ਅਜਿਹਾ ਕਰ ਸਕਦੀ ਹੈ, ਆਪਣੇ ਹੀ ਬੱਚੇ ਦਾ ਕਤਲ ਕਰ ਸਕਦੀ ਹੈ। ਆਪਣੇ ਹੀ ਬੱਚੇ ਦਾ ਕਤਲ ਕਰਨ ਵਾਲੀ ਮਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਉਸਨੂੰ 2 ਹਫ਼ਤੇ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਸੀ। ਪੁਲਿਸ ਵੱਲੋਂ 2 ਦਿਨ ਤੱਕ ਤਫਤੀਸ਼ ਕਰਨ ਤੋਂ ਬਾਅਦ ਵੀ ਹਾਲੇ ਤੱਕ ਇਸ ਔਰਤ ਦੁਆਰਾ ਕੀਤੇ ਗਏ ਆਪਣੇ ਬੱਚੇ ਦੇ ਕਤਲ ਦੀ ਕੋਈ ਅਸਲੀ ਵਜ੍ਹਾ ਸਾਹਮਣੇ ਨਹੀਂ ਆ ਸਕੀ। ਜਾਂਚ ਅਧਿਕਾਰੀ ਐਸਏ ਹਰਨੇਕ ਸਿੰਘ ਦਾ ਕਹਿਣਾ ਹੈ ਕਿ ਆਰੋਪੀ ਤੋਂ ਕਈ ਵਾਰ ਪੁੱਛਗਿੱਛ ਕੀਤੀ ਗਈ ਪਰ ਉਹ ਬੜਾ ਹੀ ਅਜੀਬ ਕਾਰਨ ਦੱਸ ਰਹੀ ਹੈ ਕਿ ਮੈਨੂੰ ਗੁੱਸਾ ਆ ਗਿਆ ਸੀ, ਇਹ ਸਭ ਕਿਵੇਂ ਹੋ ਗਿਆ ਪਤਾ ਨਹੀਂ। ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਮਾਂ ਚਾਹੇ ਜਿੰਨੀ ਵੀ ਗੁੱਸੇ ਵਿੱਚ ਹੋਵੇ ਅਜਿਹੀ ਭਿਆਨਕ ਹਰਕਤ ਨਹੀਂ ਕਰ ਸਕਦੀ। ਜਾਂਚ ਅਧਿਕਾਰੀ ਦੇ ਅਨੁਸਾਰ ਮਹਿਲਾ ਦੇ ਨਜਾਇਜ਼ ਸਬੰਧਾਂ ਵਾਲੇ ਪਹਿਲੂ ਤੇ ਵੀ ਪੜਤਾਲ ਕੀਤੀ ਗਈ ਮਗਰ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ। ਔਰਤ ਦੇ ਭਰਾ ਸੁਖਵੀਰ ਸਿੰਘ ਨੇ ਦੱਸਿਆ, ਭੈਣ ਰਾਜਵੀਰ ਕੌਰ ਬੇਟੇ ਹਰਕੀਰਤ ਨਾਲ ਇੰਨਾ ਪਿਆਰ ਕਰਦੀ ਸੀ ਕਿ ਜਦੋਂ ਉਹ 15 ਦਿਨ ਪਹਿਲਾਂ ਦਿੱਲੀ ਆਈ ਸੀ ਤਾਂ ਉਹ ਆਪਣੇ ਨਾਲ ਆਟਾ ਅਤੇ ਤਵਾ ਲੈ ਕੇ ਆਈ ਸੀ ਕਿਉਂਕਿ ਕਣਕ ਭਾਣਜੇ ਨੂੰ ਐਲਰਜੀ ਹੋਣ ਦੇ ਕਾਰਨ ਉਸਦੇ ਲਈ ਸਪੈਸ਼ਲ ਖਾਣਾ ਬਣਦਾ ਸੀ। ਮਾਂ ਨੇ ਕਿਹਾ ਕਿ ਇੱਕ ਮਾਂ ਜੋ ਆਪਣੇ ਬੇਟੇ ਨੂੰ ਜਾਨ ਤੋਂ ਜ਼ਿਆਦਾ ਪਿਆਰ ਕਰਦੀ ਸੀ ਉਹ ਉਸਨੂੰ ਇੰਨੀ ਬੇਰਹਿਮੀ ਨਾਲ ਕਿਵੇਂ ਮਾਰ ਸਕਦੀ ਹੈ। ਅਸੀਂ ਵੀ ਇਸ ਗੱਲ ਤੋਂ ਹੈਰਾਨ ਹਾਂ। ਐਤਵਾਰ ਨੂੰ ਮਾਸੂਮ ਦਾ ਅੰਤਿਮ ਸੰਸਕਾਰ ਹੋਇਆ। ਇਸ ਦੌਰਾਨ ਲੋਕਾਂ ਦੀ ਭੀੜ ਲੱਗੀ ਸੀ। ਹਰ ਕੋਈ ਇਹੀ ਕਹਿ ਰਿਹਾ ਸੀ ਇਹ ਬਹੁਤ ਹੀ ਪਿਆਰਾ ਬੱਚਾ ਸੀ, ਉਹ ਘਰ ਵਿੱਚ ਘੱਟ ਬਾਹਰ ਜ਼ਿਆਦਾ ਰਹਿੰਦਾ ਸੀ, ਪੂਰੇ ਮਹੱਲੇ ਦਾ ਉਹ ਲਾਡਲਾ ਸੀ। ਹਥਿਆਰੀ ਮਾਂ ਨੇ ਸਾਡੇ ਤੋਂ ਸਾਡਾ ਪਿਆਰਾ ਬੱਚਾ ਖੋਹ ਲਿਆ। ਮਾਸੂਮ ਨੂੰ ਇੱਕ ਵਾਰ ਹਰ ਕੋਈ ਦੇਖਣਾ ਚਾਹੁੰਦਾ ਸੀ। ਅੰਤਿਮ ਸੰਸਕਾਰ ਦੇ ਸਮੇਂ ਉੱਥੇ ਅਜਿਹਾ ਕੋਈ ਨਹੀਂ ਸੀ ਜਿਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸਨ। ਗੁਆਂਢੀਆਂ ਨੇ ਦੱਸਿਆ, ਰਾਜਵਰ ਇੱਕ ਪਲ ਵੀ ਹੈਵੀ ਨੂੰ ਦੂਰ ਨਹੀਂ ਹੋਣ ਦਿੰਦੀ ਸੀ। ਵਿਆਹ ਦੇ ਬਾਅਦ 6 ਸਾਲ ਤੱਕ ਪਰਮਿੰਦਰ ਅਤੇ ਰਾਜਵੀਰ ਕੌਰ ਨੂੰ ਕੋਈ ਬੱਚਾ ਨਹੀਂ ਸੀ ਹੋਇਆ। ਉਹਨਾਂ ਨੇ ਕਈ ਮੰਦਰਾਂ ਗੁਰਦੁਆਰੇ ਵਿੱਚ ਮੰਨਤ ਮੰਗੀ ਤਾਂ ਜਾ ਕੇ ਹੈਵੀ ਪੈਦਾ ਹੋਇਆ ਸੀ। ਉਹ ਘਰ ਦਾ ਇਕੱਲਾ ਚਿਰਾਗ ਸੀ।